ਵੈਲਕਮ ਟੂ ਦਿਸ ਐਪੀਸੋਡ ਆਫ ਦ ਹਰਪ੍ਰੀਤ ਸਿੰਘ ਸ਼ੋਅ। ਤੁਹਾਡਾ ਮੇਰਾ ਸਾਥ ਹੋਇਆ ਕਰਦਾ ਹੈ ਮੰਡੇ ਟੂ ਫਰਾਈਡੇ ਸਵੇਰੇ 7 ਤੋਂ ਲੈ ਕੇ 8 ਵਜੇ ਤੱਕ, ਮੰਡੇ ਟੂ ਥਰਸਡੇ ਰਾਤ ਨੂੰ 10 ਤੋਂ ਲੈ ਕੇ 11 ਵਜੇ ਤੱਕ, ਅਤੇ ਸੈਟਰਡੇ ਨੂੰ ਦੁਪਹਿਰ 2 ਤੋਂ ਲੈ ਕੇ 3 ਵਜੇ ਤੱਕ, ਅਤੇ ਰਾਤ 8 ਤੋਂ ਲੈ ਕੇ 9 ਵਜੇ ਤੱਕ। ਹਮੇਸ਼ਾ ਹੀ ਸਾਡੀ ਇਹ ਕੋਸ਼ਿਸ਼ ਰਹਿੰਦੀ ਹੈ ਕਿ ਤੁਹਾਨੂੰ ਜਿੱਥੇ ਅਸੀਂ ਐਜੂਕੇਟ ਕਰ ਸਕੀਏ, ਇਨਫੋਰਮ ਕਰ ਸਕੀਏ ਅਤੇ ਇੰਪਾਵਰ ਕਰ ਸਕੀਏ, ਨਾਲ ਹੀ ਉਹਨਾਂ ਸ਼ਖਸੀਅਤਾਂ ਨਾਲ ਮੁਲਾਕਾਤ ਕਰਵਾ ਸਕੀਏ ਜਿਹੜੇ ਕਿ ਸਾਡੇ ਲਈ ਕੁਛ ਨਾ ਕੁਛ ਕਮਿਊਨਿਟੀ ਵਿੱਚ ਕਰ ਰਹੇ ਨੇ। ਸਾਨੂੰ ਬੜਾ ਮਾਣ ਹੈ ਕਿ ਅੱਜ ਸਾਡੇ ਕੋਲ ਰਾਏ ਅਜ਼ੀਜ਼ੁੱਲਾ ਖਾਨ ਆਏ ਹੋਏ ਨੇ, ਜਿਹੜੇ ਕਿ ਪਾਕਿਸਤਾਨ ਤੋਂ ਬਿਲੋਂਗ ਕਰਦੇ ਨੇ ਅਤੇ ਨਾਲ ਖਾਸ ਤੌਰ ਉੱਤੇ ਇਹਨਾਂ ਦਾ ਸੰਬੰਧ ਸਿੱਖਾਂ ਨਾਲ ਬੜੀ ਲੰਬੇ ਸਮੇਂ ਤੋਂ ਹੈ। ਗੁਰੂ ਗੋਬਿੰਦ ਸਿੰਘ ਜੀ ਵੱਲੋਂ ਗੰਗਾ ਸਾਗਰ ਦਾ ਇੱਕ ਜ਼ਿਕਰ ਜੋ ਆਉਂਦਾ ਹੈ, ਉਸ ਦੇ ਇਹ ਅੱਜ ਕੱਲ੍ਹ ਰਾਖੀ ਇਸ ਦੀ ਕਰਦੇ ਨੇ ਮੈਂ ਕਹਾਂਗਾ, ਅਤੇ ਅੱਜ ਸਾਡੇ ਕੋਲ ਸਟੂਡੀਓ ਵਿੱਚ ਆ ਕੇ ਸਾਨੂੰ ਜਾਣਕਾਰੀ ਦੇਣਗੇ ਇਹਨਾਂ ਦਾ ਕਿਸ ਤਰ੍ਹਾਂ ਇਤਿਹਾਸ ਜੁੜਿਆ ਸਿੱਖਾਂ ਦੇ ਨਾਲ ਅਤੇ ਖਾਸ ਤੌਰ ਉੱਤੇ ਗੰਗਾ ਸਾਗਰ ਦੀ ਕੀ ਹਿਸਟਰੀ ਹੈ। ਸਵਾਗਤ ਕਰਦੇ ਹਾਂ ਰਾਏ ਅਜ਼ੀਜ਼ੁੱਲਾ ਖਾਨ ਦਾ। ਜੀ ਹਾਂ ਜੀ, ਵੈਲਕਮ ਟੂ ਦ ਪ੍ਰੋਗਰਾਮ। ਥੈਂਕ ਯੂ ਜੀ। ਥੈਂਕ ਯੂ। ਥੋੜ੍ਹਾ ਜਿਹਾ ਆਪਣੇ ਬਾਰੇ ਸਾਨੂੰ ਦੱਸੋ ਕਿ ਤੁਹਾਡਾ ਸੰਬੰਧ, ਤੁਹਾਡੇ ਇਨਸੈਸਟਰਸ ਦਾ ਸੰਬੰਧ ਕਿਵੇਂ ਗੁਰੂ ਸਾਹਿਬ ਨਾਲ ਬਣਿਆ ਸੀ? ਸਭ ਤੋਂ ਪਹਿਲਾਂ ਤਾਂ ਆਈ ਲਾਈਕ ਟੂ ਥੈਂਕ ਯੂ ਆਲਸੋ ਐਂਡ ਥਰੂ ਜੋਇ ਟੀਵੀ ਮੈਨੂੰ ਆਪਣੇ ਬਜ਼ੁਰਗਾਂ ਭੈਣਾਂ ਭਰਾਵਾਂ ਨਾਲ ਗੱਲਾਂ ਸਾਂਝੀਆਂ ਕਰਨ ਦਾ ਮੌਕਾ ਮਿਲ ਗਿਆ ਜੀ। ਅਤੇ ਐਕਚੁਲੀ ਇਟ ਇਜ਼ 1705 ਦੇ ਵਿੱਚ ਗੁਰੂ ਗੋਬਿੰਦ ਸਿੰਘ ਨੇ ਜਦੋਂ ਆਨੰਦਪੁਰ ਸਾਹਿਬ ਦਾ ਕਿਲ੍ਹਾ ਛੱਡਿਆ ਜੀ, ਸਰਸਾ ਨਦੀ 'ਤੇ ਬੱਚੇ ਵਿਛੜ ਗਏ, ਚਮਕੌਰ ਦੀ ਗੜੀ 'ਚ ਵੱਡੇ ਸਾਹਿਬਜ਼ਾਦੇ ਸ਼ਹੀਦ ਹੋਏ ਜੀ, ਉਦੋਂ ਫਿਰ ਮਾਛੀਵਾੜੇ 'ਚ ਉਹਨਾਂ ਨੇ ਉੱਚ ਦਾ ਪੀਰ ਦਾ ਰੂਪ ਧਾਰਿਆ ਸੀ ਜੀ, ਨਬੀ ਖਾਂ ਗਨੀ ਖਾਂ ਨੇ ਉਹਨਾਂ ਰਾਈਟ, ਅਤੇ ਬਹੁਤ ਹੀ ਸਤਿਕਾਰ ਨਾਲ ਪਿਆਰ ਨਾਲ ਜਿਵੇਂ ਉੱਚ ਪੱਧਰੀ ਪੀਰ ਆਪਣੇ ਮੁਸਲਮਾਨ ਮੁਰੀਦਾਂ ਕੋਲ ਆਉਂਦੇ ਸੀ ਜੀ, ਉਸ ਤਰੀਕੇ ਨਾਲ ਫਿਰ ਉਹਨਾਂ ਨੂੰ ਆਪਣੇ ਮੋਢਿਆਂ 'ਤੇ ਚੁੱਕ ਕੇ ਇੱਕ ਪਲੰਗ 'ਤੇ ਬਿਠਾ ਕੇ ਲੈ ਕੇ ਗਏ ਸੀ, ਕਿਉਂਕਿ ਇਲਾਕੇ ਨੂੰ ਘੇਰਿਆ ਹੋਇਆ ਸੀ ਔਰੰਗਜ਼ੇਬ ਦੀ ਅਹਿਲਕਾਰਾਂ ਨੇ ਰਾਈਟ। ਰਸਤੇ 'ਚ ਹੇਰਾਂ ਆਇਆ, ਉੱਥੇ ਭੰਗਾਣੀ ਦੇ ਯੁੱਧ ਵਿੱਚ ਬੜਾ ਦਲੇਰੀ ਨਾਲ ਸਾਥ ਦਿੱਤਾ ਸੀ ਮਹੰਤ ਕਿਰਪਾਲ ਦਾਸ ਨੇ ਜੀ, ਉੱਥੇ ਦੇ ਡੇਰੇਦਾਰ ਵੀ ਡਰ ਗਿਆ ਸੀ ਔਰ ਨਿਵਾਸ ਨਹੀਂ ਸੀ ਦਿੱਤਾ ਗੁਰੂ ਸਾਹਿਬ ਨੂੰ, ਅਤੇ ਅੱਗੇ ਫਿਰ ਰਾਏਕੋਟ ਰਿਆਸਤ ਅਤੇ ਮੁਸਲਮਾਨਾਂ ਦੀ ਰਿਆਸਤ ਸੀ ਠੀਕ। ਮੇਰੇ ਬਜ਼ੁਰਗ ਰਾਏ ਕੱਲਾ ਜੀ ਉਸ ਲਈ ਆਗੂ ਸੀ ਉਸ ਰਿਆਸਤ ਦੇ, ਓਕੇ, 1360 ਪਿੰਡਾਂ ਦੀ ਰਿਆਸਤ ਸੀ, ਅਤੇ ਉੱਥੇ ਜਦੋਂ ਪਹੁੰਚੇ ਉਦੋਂ ਰਾਏ ਕੱਲਾ ਜੀ ਦਾ ਨੌਕਰ ਰਾਏਕੋਟ ਸ਼ਹਿਰ ਤੋਂ ਬਾਹਰ ਉਹਨਾਂ ਨੂੰ ਮਿਲਿਆ ਗੁਰੂ ਸਾਹਿਬ ਜੀ, ਉਦੋਂ ਉਹਨਾਂ ਨੇ ਉਹਨਾਂ ਨੂੰ ਦੁੱਧ ਛਕਾਉਣ ਦਾ ਕਿਹਾ, ਮੱਝਾਂ ਚਾੜਦਾ ਫਿਰਦਾ ਸੀ ਨੂਰਾ ਮਾਹੀ, ਉਹ ਕਹਿਣ ਲੱਗਾ ਜੀ ਕਿ ਮੈਂ ਮੱਝਾਂ ਚੋ ਕੇ ਆਇਆ ਘਰੋਂ ਅਤੇ ਹੁਣ ਮੈਂ ਦੁੱਧ ਨਹੀਂ ਇਹਨਾਂ 'ਚੋਂ ਕਿਸੇ ਨੇ ਦੇਣਾ ਜੀ। ਉਹਨਾਂ ਨੇ ਗੁਰੂ ਸਾਹਿਬ ਨੇ ਹੁਕਮ ਦਿੱਤਾ ਕਿ ਤੂੰ ਰੱਬ ਦਾ ਨਾਂ ਲੈ ਕੇ ਥਾਪੀ ਦੇ, ਇੱਕ ਝੋਟੀ ਵੱਲ ਨੂੰ ਇਸ਼ਾਰਾ ਕੀਤਾ ਜੀ, ਅਤੇ ਉਹ ਕਹਿਣ ਲੱਗਾ ਜੀ ਮੇਰੇ ਕੋਲ ਬਰਤਨ ਵੀ ਹੈ ਨਹੀਂ। ਪਹਿਲੇ ਉਹ ਗੱਲ ਸੁਣ ਕੇ ਹੈਰਾਨ ਹੋਇਆ ਗੁਰੂ ਸਾਹਿਬ ਜੀ, ਫਿਰ ਇਹ ਗੰਗਾ ਸਾਗਰ ਜਿਹੜਾ ਉਹਨਾਂ ਦੇ ਕੋਲ ਸੀ ਜਦੋਂ ਉੱਥੇ ਪਹੁੰਚੇ ਰਾਈਟ, ਅਤੇ ਇਹ ਉਹਨਾਂ ਨੇ ਉਹਨੂੰ ਦਿੱਤਾ, ਇਹਦੇ ਵਿੱਚ ਫਿਰ ਗੁਰੂ ਸਾਹਿਬ ਦਾ ਹੁਕਮ ਮੰਨਦਿਆਂ ਹੋਇਆ ਉਹਨੇ ਥਾਪੀ ਦਿੱਤੀ ਝੋਟੀ ਨੂੰ, ਉਹਨੇ ਦੁੱਧ ਲਾਇਆ ਅਤੇ ਇਹਦੇ ਵਿੱਚ ਉਹਨੇ ਚੋਕ ਕੇ ਛਕਾਇਆ ਗੁਰੂ ਸਾਹਿਬ, ਓਕੇ, ਅਤੇ ਫਿਰ ਆਪਣੇ ਮਾਲਕ ਰਾਏ ਕੱਲਾ ਜੀ ਨੂੰ ਦੱਸਿਆ ਜੀ, ਉਹਨੇ ਜਾ ਕੇ ਘਰ ਅਤੇ ਰਾਏਕੋਟ ਸ਼ਹਿਰ ਦੇ ਵਿੱਚ ਕਿ ਰੱਬ ਦਾ ਕੋਈ ਨੇਕ ਔਰ ਪਿਆਰਾ ਬੰਦਾ ਆਇਆ, ਉਹਨਾਂ ਨੂੰ ਤੁਸੀਂ ਮਿਲੋ, ਅਤੇ ਗੁਰੂ ਸਾਹਿਬ ਦੀ ਫਿਰ ਸੇਵਾ 'ਚ ਰਾਏ ਕੱਲਾ ਜੀ ਬੜੇ ਸਤਿਕਾਰ ਨਾਲ ਹਾਜ਼ਰ ਹੋਏ ਜੀ, ਫਿਰ ਉਹਨੂੰ ਪੁਛਾਉਣ ਕੀ ਸੇਵਾ ਪੁੱਛੀ ਸੀ, ਐਂਡ ਦੈਟ ਵਾਜ਼ ਦਾ ਟਾਈਮ ਵੈਨ ਗੁਰੂ ਸਾਹਿਬ ਨੇ ਉਹਨਾਂ ਨੂੰ ਹੁਕਮ ਦਿੱਤਾ ਕਿ ਸਾਡੇ ਮਾਤਾ ਜੀ ਔਰ ਛੋਟੇ ਸਾਹਿਬਜ਼ਾਦਿਆਂ ਦੀ ਕੋਈ ਭਰੋਸੇ ਵਾਲਾ ਬੰਦਾ ਭੇਜ ਕੇ ਖਬਰ ਮੰਗਵਾਓ ਸਰਹੰਦ ਵੱਲੋਂ, ਬਿਕੋਜ਼ ਦੈਟ ਵਾਜ਼ ਅ ਵੈਰੀ ਡਿਫੀਕਲਟ ਟਾਈਮ ਰਾਈਟ। ਅਤੇ ਸਾਨੂੰ ਤਾਂ ਬੜਾ ਫਖਰ ਹੈ ਇਸ ਗੱਲ 'ਤੇ ਕਿ ਰਾਏ ਕੱਲਾ ਜੀ ਨੇ ਮੁਸਲਮਾਨ ਹੁੰਦੇ ਆ ਇੱਕ ਰਿਆਸਤ ਦੇ ਮਾਲਕ ਹੁੰਦੇ ਆ ਉਸ ਵੇਲੇ ਇੱਕ ਧਰਮ ਦੀ ਕਿਸੇ ਲਕੀਰ ਨੂੰ ਵਿੱਚ ਨਹੀਂ ਆਉਣ ਦਿੱਤਾ ਰਾਈਟ, ਇਨਸਾਨੀਅਤ ਦਾ ਜਿਹੜਾ ਸਭ ਤੋਂ ਸਾਡਾ ਵੱਡਾ ਰਿਸ਼ਤਾ ਹੈ ਮਨੁੱਖਤਾ ਦਾ, ਉਹਨੂੰ ਮੁੱਖ ਰੱਖਿਆ ਗੁਰੂ ਸਾਹਿਬ ਦੀ ਸ਼ਾਨ ਔਰ ਉਹਨਾਂ ਦੀ ਇਹਤਰਾਮ ਦੇ ਵਿੱਚ ਜਿਹੜਾ ਕਦਮ ਚੁੱਕਿਆ ਸਾਡਾ ਸਿਰ ਫਖਰ ਨਾਲ ਉੱਚਾ ਕਰ ਦਿੱਤਾ ਬਹੁਤ ਕੁ। ਸੋ ਉਸ ਸਮੇਂ ਇਹ ਗੰਗਾ ਸਾਗਰ ਜਿਹਦੇ 'ਚ ਕਿ ਗੁਰੂ ਸਾਹਿਬ ਨੂੰ ਦੁੱਧ ਪਿਆਇਆ ਗਿਆ ਉਹ ਫਿਰ ਪ੍ਰਿਜ਼ਰਵ ਹੋਇਆ ਕਿਵੇਂ, ਇਹ ਯੂ ਨੋ ਬਾਰ ਬਾਰ ਕਿਸ ਤਰ੍ਹਾਂ ਉਸ ਸਮੇਂ ਤੋਂ ਲੈ ਕੇ ਹੁਣ ਤੱਕ ਇਹ ਪ੍ਰਿਜ਼ਰਵ ਹੋਇਆ? ਜੀ, ਇੱਥੇ ਮੈਂ ਥੋੜ੍ਹਾ ਜਿਹਾ ਐਡ ਕਰਨਾ ਚਾਹਾਂਗਾ ਕਿ ਜਦੋਂ ਉਹਨਾਂ ਨੇ ਖਬਰ ਮੰਗਵਾ ਕੇ ਜੀ ਨੂੰ ਕਿਹਾ ਸੀ ਅਤੇ ਨੂਰਾ ਮਾਹੀ ਫਿਰ ਛੋਟੇ ਸਾਹਿਬਜ਼ਾਦਿਆਂ ਦੀ ਖਬਰ ਸ਼ਹੀਦੀ ਦੀ ਸਰਹੰਦ ਤੋਂ ਲੈ ਕੇ ਆਇਆ ਸੀ, ਓਕੇ, ਰਾਏਕੋਟ ਦੇ ਵਿੱਚ ਹੀ ਉਹਨਾਂ ਨੂੰ ਖਬਰ ਮਿਲੀ ਸੀ ਜਦੋਂ ਤੀਰ ਦੀ ਨੋਕ ਨਾ ਉਹਨਾਂ ਨੂੰ ਕਾਹੀ ਦਾ ਬੂਟਾ ਫੋਲਦੇ ਸੀ ਜਦੋਂ ਬੱਚਿਆਂ ਦੀ ਸ਼ਹੀਦੀ ਦੀ ਗੱਲ ਉਹਨਾਂ ਦੇ ਕੰਝ ਪਈ, ਉਹਨਾਂ ਨੇ ਇੱਕ ਉਹ ਜੜ ਪੁੱਟਦਿਆਂ ਹੋਇਆ ਕਿਹਾ ਸੀ ਕਿ ਜ਼ਾਲਮ ਤੁਰਕਾਂ ਦਾ ਰਾਜ ਹੁਣ ਪੁੱਟਿਆ ਗਿਆ। ਇਟ ਵਾਜ਼ ਸੱਚ ਅ ਕ੍ਰਿਟੀਕਲ ਟਾਈਮ ਐਂਡ ਅ ਬੈਡ ਟਾਈਮ, ਆਈ ਥਿੰਕ ਇਟ ਵਾਜ਼ ਦ ਮੋਸਟ ਟ੍ਰੈਜਿਕ ਮੂਮੈਂਟ ਆਫ ਗੁਰੂ ਸਾਹਿਬ ਦੀ ਲਾਈਫ ਜੀ, ਜਦੋਂ ਛੋਟੇ ਸਾਹਿਬ ਦੀ ਸ਼ਹੀਦੀ ਦੀ ਖਬਰ ਮਿਲੀ, ਮਾਤਾ ਗੁਜਰੀ ਜੀ ਅਕਾਲ ਚਲਾਣਾ ਕਰ ਗਏ ਰਾਈਟ। ਲੇਕਿਨ ਇੱਕ ਪਾਸੇ ਰਾਏ ਕੱਲਾ ਜੀ ਵੀ ਉਹ ਵੀ ਮੁਸਲਮਾਨ ਸੀ, ਉਹ ਸੇਵਾ ਤੋਂ ਖੁਸ਼ ਹੋ ਕੇ ਪ੍ਰਸੰਨ ਹੋ ਕੇ ਕਿ ਬੜੀ ਜ਼ੁਰਤ ਦੀ ਗੱਲ ਸੀ, ਮੈਂ ਕਹਿੰਦਾ ਗੰਗਾ ਸਾਗਰ ਇਜ਼ ਅ ਸਿੰਬਲ ਆਫ ਲਵ ਐਂਡ ਰਿਸਪੈਕਟ ਐਂਡ ਫੀਅਰਲੈਸ ਲਵ ਆਫ ਐਂਡ ਰਿਸਪੈਕਟ ਫੋਰ ਹਿਊਮੈਨਿਟੀ ਰਾਈਟ, ਜ਼ੁਰਤ ਦਾ ਵੀ ਪ੍ਰਤੀਕ ਹੈ ਠੀਕ।
ਉਸ ਤੋਂ ਖੁਸ਼ ਹੋ ਕੇ ਉਹਨਾਂ ਨੇ ਫਿਰ ਆਪਣੇ ਮੁਬਾਰਕ ਹੱਥਾਂ ਨਾਲ ਗੰਗਾ ਸਾਗਰ ਬਖਸ਼ਿਆ। ਇੱਕ ਸ੍ਰੀ ਸਾਹਿਬ ਇੱਕ ਪੋਥੀ ਧਰ ਕੇ ਪੜ੍ਹਨ ਵਾਲੀ ਰੇਲ ਸੀ, ਅਸੀਂ ਮੁਸਲਮਾਨ ਕੁਰਾਨ ਸ਼ਰੀਫ ਪੜ੍ਹ ਕੇ ਉਹਦੇ 'ਤੇ ਰੱਖ ਕੇ ਪੜ੍ਹਦੇ ਹਾਂ। ਦੀਜ਼ ਆਰ ਦਾ ਥਰੀ ਥਿੰਗਸ ਗੁਰੂ ਸਾਹਿਬ ਰਾਏਕਲਾ ਸਾਹਿਬ ਨੂੰ ਦਿੱਤੀ। ਔਰ ਸਭ ਤੋਂ ਵੱਡੀ ਮੈਂ ਕਹਿੰਦਾ ਇਹਦੀ ਮਹੱਤਤਾ ਔਰ ਇੰਪੋਰਟੈਂਸ ਵੀ ਇਹੀ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਕਰ ਕਮਲਾਂ ਦੀ ਸ਼ੋਅ ਪ੍ਰਾਪਤ ਹੈ। ਆਈ ਮੀਨ ਹੈਡ ਇਟ ਬੀਨ ਮਿੱਟੀ ਦਾ ਪਿਆਲਾ ਵੀ ਆਪਣੇ ਹੱਥਾਂ ਨਾਲ ਦੇ ਦਿੰਦੇ, ਰਾਈਟ, ਇੰਨਾ ਹੀ ਰਿਸਪੈਕਟ ਸਾਡੇ ਦਿਲ 'ਚ ਉਹਦਾ ਹੋਣਾ ਸੀ ਜਿੰਨਾ ਗੰਗਾ ਸਾਗਰ ਦਾ। ਰਾਈਟ, ਜਿਸ ਤਰ੍ਹਾਂ ਯੂਨੋ ਬੜਾ ਇੱਕ ਇਮੋਸ਼ਨਲ ਪੀਰੀਅਡ ਸੀ ਜਿਹਦਾ ਤੁਸੀਂ ਜ਼ਿਕਰ ਕੀਤਾ, ਮਨੁੱਖਤਾ ਦਾ ਜਿਹੜਾ ਤੁਸੀਂ ਜ਼ਿਕਰ ਕੀਤਾ, ਬੜੇ ਘੱਟ ਇੰਸੀਡੈਂਟਸ ਜ਼ਿੰਦਗੀ 'ਚ ਮਿਲਦੇ ਨੇ ਜਦੋਂ ਕਿ ਧਰਮ ਨਾ ਅੱਗੇ ਆ ਕੇ ਮਨੁੱਖਤਾ ਨੂੰ ਤਰਜੀਹ ਦਿੱਤੀ ਜਾਂਦੀ ਹੈ। 1705 ਦਾ ਜ਼ਿਕਰ ਤੁਸੀਂ ਕੀਤਾ, ਇਟਸ ਬੀਨ ਅ ਲੌਂਗ ਟਾਈਮ, ਅਤੇ ਇਹ ਫਿਰ ਕਿਸ ਤਰ੍ਹਾਂ ਪ੍ਰਿਜ਼ਰਵ ਹੋ ਕੇ ਅੱਗੇ ਚੱਲਦੀ ਰਹੀ, ਇਹਨੂੰ ਰਾਏਕਲਾ ਸਾਹਿਬ ਤੋਂ ਬਾਅਦ ਤੁਹਾਡੇ ਤੱਕ ਜਿਹੜੀ ਇਹ ਪਹੁੰਚੀ ਹੈ, ਇਹ ਸਫ਼ਰ ਕੀ ਘਰ ਦੇ ਵਿੱਚ ਹੀ ਫਿਰ ਇਸ ਨੂੰ ਰੱਖਿਆ ਗਿਆ ਜੀ? ਰਾਏਕੋਟ ਸਾਡਾ ਜੱਦੀ ਨਗਰ ਹੈ ਜੀ। 1648 ਵਿੱਚ ਸਾਡੇ ਇੱਕ ਬਜ਼ੁਰਗ ਰਾਏ ਅਹਿਮਦ ਨੇ ਆਬਾਦ ਕੀਤਾ। ਅੱਛਾ ਜੀ। ਗੁਰੂ ਸਾਹਿਬ 1705 ਵਿੱਚ ਤਸ਼ਰੀਫ ਲਿਆਏ। ਠੀਕ। ਇਸ ਨਗਰ ਦੇ ਵਿੱਚ 300 ਸਾਲ ਅਸੀਂ ਰਹਿ ਕੇ ਸਾਡਾ ਖਾਨਦਾਨ 1947 ਦੇ ਵਿੱਚ ਪਾਕਿਸਤਾਨ ਗਿਆ। ਠੀਕ ਹੈ। ਅਤੇ 7 ਪੀੜ੍ਹੀਆਂ ਅਸੀਂ ਇੱਥੇ ਹੀ ਰਹੇ। ਗੰਗਾ ਸਾਗਰ ਵੀ 250 ਸਾਲ ਹਵੇਲੀ ਸਾਡੀ ਰਾਏਕੋਟ ਦੀ ਹਵੇਲੀ ਦੇ ਵਿੱਚ ਇੱਕ ਉੱਪਰ ਵਾਲੇ ਕਮਰੇ 'ਚ ਬੜੀ ਹੀ ਸਤਿਕਾਰ ਨਾਲ ਉੱਥੇ ਸਜਾਇਆ ਗਿਆ ਸੀ, ਉੱਥੇ ਰੱਖਦੇ ਸੀ ਸਾਡੇ ਬਜ਼ੁਰਗ। ਮੇਰੇ ਇਹ ਆਮ ਬੰਦੇ ਵਾਸਤੇ ਉਸ ਸਮੇਂ ਵੀ ਡਿਸਪਲੇ ਕੀਤਾ ਜਾਂਦਾ ਸੀ ਜਾਂ ਨਹੀਂ ਹੈਗਾ ਸੀ ਜੀ? ਇਹਦੇ ਵਿੱਚ ਜਦੋਂ ਪਾਰਟੀਸ਼ਨ ਤੋਂ ਕਾਫੀ ਅਰਸਾ ਪਹਿਲੇ ਤੋਂ ਗੁਰਦੁਆਰਾ ਟਾਲੀਆਣਾ ਸਾਹਿਬ ਤੋਂ ਸੰਗਤ ਆਉਂਦੀ ਸੀ। ਗੁਰਦੁਆਰਾ ਟਾਲੀਆਣਾ ਸਾਹਿਬ ਉਹ ਅਸਥਾਨ ਹੈ ਜਿੱਥੇ ਗੁਰੂ ਸਾਹਿਬ ਦੇ ਚਰਨ ਪਏ ਸੀ। ਰਾਈਟ। ਉਹਨਾਂ ਦੀ ਯਾਦ ਵਿੱਚ ਉਹ ਗੁਰੂ ਘਰ ਬਣਿਆ। ਠੀਕ। ਉੱਥੋਂ ਸੰਗਤ ਜਨਵਰੀ ਦੇ ਮਹੀਨੇ ਉਹਨਾਂ ਦਿਨਾਂ ਨੂੰ ਦੀ ਯਾਦ ਮਨਾਉਣ 'ਚ ਜਦੋਂ ਗੁਰੂ ਸਾਹਿਬ ਉੱਥੇ ਤਸ਼ਰੀਫ ਲਿਆਏ ਸੀ, 1921 ਨੂੰ ਉੱਥੇ ਬਹੁਤ ਵੱਡੇ ਦੀਵਾਨ ਸਜਦੇ ਹੈ। ਰਾਈਟ। ਔਰ ਫਿਰ ਸੰਗਤ ਹਰ ਸਾਲ ਸਾਡੀਆਂ ਹਵੇਲੀਆਂ ਵਿੱਚ ਗੰਗਾ ਸਾਗਰ ਦੇ ਦਰਸ਼ਨ ਇੱਕ ਵਾਰੀ ਸਾਲ 'ਚ ਕਰਨ ਆਉਂਦੇ ਸੀ। ਓਕੇ। ਐਂਡ ਲਾਸਟ ਹੈਡ ਆਫ ਦ ਫੈਮਿਲੀ ਵਾਜ਼ ਰਾਏ ਅਨਾਇਤ ਖਾਨ ਜੀ, ਮੇਰੇ ਦਾਦਾ ਜੀ ਸੀ। ਅੱਛਾ ਜੀ। ਹੀ ਵਾਜ਼ ਐਨ ਆਨਰੀ ਮੈਜਿਸਟਰੇਟ ਐਂਡ ਸਬ ਜੱਜ ਐਂਡ ਔਰ ਜਗਰਾਵਾਂ ਦੇ ਵੀ ਉਹ ਸਭ ਰਜਿਸਟਰਾਰ ਰਹੇ। ਠੀਕ ਹੈ ਜੀ। ਉਹ ਫਿਰ ਹਰ ਸਾਲ ਗੰਗਾ ਸਾਗਰ ਦੇ ਦਰਸ਼ਨ ਕਰਾਉਂਦੇ ਸੀ ਸੰਗਤ ਨੂੰ। ਰਾਈਟ। ਐਂਡ ਜਿਹੜੀ ਮੁਹੱਬਤ, ਜਿਹੜੀ ਪਿਆਰ, ਸਤਿਕਾਰ ਇੱਕ ਦੂਸਰੇ ਨੂੰ ਗੁਰੂ ਸਾਹਿਬ ਦੇ ਨਾਤੇ ਸਾਨੂੰ ਮਿਲਦਾ ਸੀ ਸਾਡੀ ਫੈਮਿਲੀ ਨੂੰ, ਰਾਈਟ, ਉਹਦੀਆਂ ਗੱਲਾਂ ਫਿਰ ਮੈਨੂੰ ਆਪਣੇ ਬਜ਼ੁਰਗਾਂ ਤੋਂ ਪਤਾ ਚੱਲੀਆਂ। ਰਾਈਟ। ਸੋ ਬਚਪਨ ਤੋਂ ਹੀ ਤੁਹਾਨੂੰ ਇਹ ਸਾਰੀਆਂ ਚੀਜ਼ਾਂ ਦਾ ਪਤਾ ਲੱਗਦਾ ਜੀ? ਬਿਲਕੁਲ। 47 ਦੇ ਵਿੱਚ ਜਦੋਂ ਮਾਈਗ੍ਰੇਸ਼ਨ ਹੋਈ ਤਾਂ ਉਸ ਤੋਂ ਬਾਅਦ ਆਫਕੋਰਸ ਹਾਲਾਤ ਕੁਝ ਵੱਖਰੇ ਹੈਗੇ ਸਨ ਜੀ, ਹਾਲਾਤ ਬੜੇ ਮੁਸ਼ਕਿਲ। ਫਿਰ ਤੁਸੀਂ ਜਦੋਂ ਪਾਕਿਸਤਾਨ ਗਏ, ਕਿਉਂਕਿ ਉਸ ਸਮੇਂ ਤਾਂ ਇਹ ਸੀ ਕਿ ਜੀ ਆਪਣੇ ਆਪ ਨੂੰ ਬਚਾ ਕੇ ਜਾਣ ਦਾ, ਜੋ ਕੁਝ ਵੀ ਬੰਦਾ ਇੰਪੋਰਟੈਂਟ ਜਿਹਨੂੰ ਅਸੀਂ ਕਹਿੰਦੇ ਉਹ ਲਿਜਾਣ ਦੀ ਕੋਸ਼ਿਸ਼ ਕੀਤੀ, ਪਰ ਤੁਹਾਡੇ ਪਰਿਵਾਰ ਦੇ ਵਿੱਚ ਇਸ ਗੰਗਾ ਸਾਗਰ ਪ੍ਰਤੀ ਜਿਹੜਾ ਅਥਾਹ ਪਿਆਰ ਸੀ, ਮੁਹੱਬਤ ਸੀ, ਉਸ ਕਰਕੇ ਤੁਸੀਂ ਇਸਨੂੰ ਉੱਥੇ ਲੈ ਗਏ ਜੀ? ਬਿਲਕੁਲ। ਮੇਰੇ ਦਾਦਾ ਜੀ ਰਾਏ ਅਨਾਇਤ ਖਾਨ ਔਰ ਮੇਰੇ ਫਾਦਰ ਜੀ ਰਾਏ ਫਕੀਰੁੱਲਾ, ਇਹ ਦੋ ਤੋਂ ਮਾਈਗ੍ਰੇਟ ਕੇ, ਮਾਈ ਵਾਜ਼ ਆਈ ਐਮ ਬੋਰਨ ਇਨ ਪਾਕਿਸਤਾਨ। ਓਕੇ ਜੀ। ਉਹ ਲੈ ਕੇ ਗਏ ਔਰ ਮੈਂ ਇਹੀ ਸੁਣਿਆ ਕਿ ਗੰਗਾ ਸਾਗਰ ਹੀ ਲੈ ਕੇ ਸਿਰਫ ਗਏ ਸੀ, ਬਾਕੀ ਉਹਨਾਂ ਦੀ ਫੈਮਿਲੀ ਵੀ ਬਾਅਦ 'ਚ ਆਈ ਹੈ, ਉਹ ਬਾਕੀ ਰਿਸ਼ਤੇਦਾਰ ਜਿਹੜੇ ਸੀ। ਠੀਕ। ਅਤੇ ਹੋਰ ਕੋਈ ਚੀਜ਼ ਖਾਸ ਜਿਹੜੀ ਕਿ ਕੀਮਤੀ ਹੋਵੇ ਘਰ ਦੀ, ਉਹ ਨਹੀਂ ਸੀ ਲੈ ਕੇ ਗਏ। ਵਾਓ। ਲੈਣੇ ਇੱਕ ਛੋਟੀ ਜੀ ਬ੍ਰੇਕ ਰਾਇਜ਼ੁੱਲਾ ਸਾਹਿਬ, ਅਤੇ ਵਾਪਸ ਆ ਕੇ ਤੁਹਾਡੇ ਤੋਂ ਹੋਰ ਜਾਣਕਾਰੀ ਲੈਂਦੇ ਹਾਂ ਕਿ ਇਹ ਜੋ ਹੁਣ ਤੁਸੀਂ ਦੁਨੀਆ ਭਰ ਦੇ ਵਿੱਚ ਜਾ ਕੇ ਡਿਸਪਲੇ ਕਰਦੇ ਹੋ, ਸਿੱਖਾਂ ਨੂੰ ਜੋੜਦੇ ਹੋ ਇਤਿਹਾਸ ਨਾਲ, ਜੋ ਤੁਹਾਡੇ ਪਰਿਵਾਰ ਦੀ ਕੰਟਰੀਬਿਊਸ਼ਨ ਹੈ, ਅਤੇ ਖਾਸ ਤੌਰ 'ਤੇ ਤੁਸੀਂ ਵੀ ਪੋਲੀਟੀਕਲ ਫੀਲਡ ਨਾਲ ਵੀ ਜੁੜੇ ਹੋਏ ਹੋ, ਇਹ ਸਾਰੀਆਂ ਚੀਜ਼ਾਂ, ਅਤੇ ਅੱਜ ਜਿਹੜੇ ਕੁਝ ਚੈਲੇਂਜਸ ਅਸੀਂ ਫੇਸ ਕਰ ਰਹੇ ਹਾਂ ਮਨੁੱਖਤਾ ਦੀ, ਜਦੋਂ ਅਸੀਂ ਗੱਲ ਕਰਦੇ ਹਾਂ, ਪਰ ਅੱਜ ਕੁਝ ਹੋਰ ਪੱਖ ਨੂੰ ਇਨਸਾਨ ਜਾਂਦਾ ਰਿਹਾ। ਵੀ ਵਿਲ ਡਿਸਕਸ ਅਬਾਊਟ ਦਿਸ ਇਸ਼ੂਜ਼ ਆਫਟਰ ਦਿਸ ਸ਼ਾਰਟ ਬ੍ਰੇਕ। ਵੈਨਕੂਵਰ ਵਿੱਚ ਮਰੀਨ ਡਰਾਈਵ 'ਤੇ ਸਥਿਤ ਰੀਅਲ ਕੈਨੇਡੀਅਨ ਸੁਪਰ ਸਟੋਰ ਉਹ ਵਨ ਸਟਾਪ ਖਰੀਦਦਾਰੀ ਦਾ ਹੱਲ ਹੈ ਜਿੱਥੇ ਤੁਹਾਨੂੰ ਵੈਰਾਈਟੀ, ਵੈਲਿਊ ਅਤੇ ਹਰ ਕਿਸਮ ਦੀਆਂ ਸਾਊਥ ਏਸ਼ੀਅਨ ਸਪੈਸ਼ਲਿਟੀਜ਼ ਵਾਜਿਬ ਕੀਮਤਾਂ 'ਤੇ ਮਿਲਦੀਆਂ ਹਨ। ਸਾਫ਼ ਸੁਥਰੀਆਂ, ਹਾਈ ਕੁਆਲਿਟੀ ਤਾਜ਼ੀ ਸਬਜ਼ੀਆਂ, ਫਲ, ਬੇਕਰੀ, ਡੇਅਰੀ, ਰੈਗੂਲਰ ਅਤੇ ਭਾਰਤੀ ਗਰੋਸਰੀ ਇੱਥੇ ਉਪਲਬਧ ਹੈ। ਆਓ ਅਤੇ ਆ ਕੇ ਇੱਕੋ ਥਾਂ ਤੋਂ ਘਰ ਦੀ ਲੋੜ ਦੀ ਹਰੇਕ ਚੀਜ਼ ਲੈ ਜਾਓ। ਹੋਰ ਜਾਣਕਾਰੀ ਲਈ ਕਾਲ ਕਰੋ 604-322-3727। We cater to all your ethnic needs. Thank you for shopping at Superstore on Marine Drive. Once again, welcome back to the program. ਮੇਰੇ ਨਾਲ ਸਾਥ ਦੇ ਰਹੇ ਰਾਏ ਅਜ਼ੀਜ਼ੁੱਲਾ ਖਾਨ ਸਾਹਿਬ, ਜਿਹੜੇ ਕਿ ਸਾਡੇ ਮਹਿਮਾਨ ਹਨ ਪਾਕਿਸਤਾਨ ਤੋਂ, ਅਤੇ ਗੱਲਬਾਤ ਚੱਲ ਰਹੀ ਹੈ ਜੋ ਗੁਰੂ ਸਾਹਿਬ ਦੇ ਇਹਨਾਂ ਦੇ ਪਰਿਵਾਰ ਦੇ ਨਾਲ ਜੋ ਸੰਬੰਧ ਸਨ, ਅਤੇ ਕਿਸ ਤਰੀਕੇ ਨਾਲ ਉਹ ਪਿਆਰ, ਮੁਹੱਬਤ, ਇਨਸਾਨੀਅਤ ਦਾ ਜੋ ਮੈਸੇਜ ਹੈ ਇਸ ਨੂੰ ਅੱਗੇ ਚਲਾਉਣ ਦੀ ਕੋਸ਼ਿਸ਼ ਕਰ ਰਹੇ ਹਾਂ। ਆਓ ਕੁਝ ਹੋਰ ਜਾਣਕਾਰੀ ਲੈਂਦੇ ਹਾਂ। 4 ਸਾਲ ਬਾਅਦ ਮਾਈਗ੍ਰੇਸ਼ਨ ਤੋਂ ਬਾਅਦ ਤੁਹਾਡਾ ਜਨਮ ਹੋਇਆ। ਬਚਪਨ ਤੋਂ ਹੀ ਤੁਸੀਂ ਘਰ ਦੇ ਵਿੱਚ ਇੱਕ ਐਸਾ ਮਾਹੌਲ ਸੀ ਜਿਹਦੇ 'ਚ ਕਿ ਤੁਸੀਂ ਸੁਣਦੇ ਰਹੇ ਇਹ ਗੰਗਾ ਸਾਗਰ ਦੀ ਕੀ ਇੰਪੋਰਟੈਂਸ ਹੈ, ਕਿਉਂਕਿ ਪਰਿਵਾਰ ਦੇ ਵਿੱਚ ਇਹ ਰੀਤ ਚੱਲ ਰਹੀ ਸੀ, ਇਹ ਟ੍ਰੈਡੀਸ਼ਨ ਜੇ ਮੈਂ ਕਹਾਂ ਚੱਲ ਰਹੀ ਸੀ, ਉਸ ਨੂੰ ਤੁਸੀਂ ਅੱਗੇ ਬਰਕਰਾਰ ਰੱਖਿਆ। ਤੁਸੀਂ ਫਿਰ ਜਦੋਂ ਹੋਸ਼ ਸੰਭਾਲੀ ਤਾਂ ਉਸ ਤੋਂ ਬਾਅਦ ਤੁਸੀਂ ਵੀ ਇਸ ਨੂੰ ਲੈ ਕੇ ਦੁਨੀਆ ਭਰ ਵਿੱਚ ਗਏ ਹੋ, ਭਾਵੇਂ ਇੰਡੀਆ ਹੋਏ, ਆਸਟ੍ਰੇਲੀਆ ਹੋਏ, ਕੈਨੇਡਾ ਹੋਏ, ਬਹੁਤ ਪਿਆਰ, ਸਤਿਕਾਰ, ਮੁਹੱਬਤ ਤੁਹਾਨੂੰ ਮਿਲੀ ਹੈ। ਸੋ ਤੁਸੀਂ ਫਿਰ ਇਸ ਨੂੰ ਅੱਗੇ ਚਲਾਉਣ ਦਾ ਜਿਹੜਾ ਇੱਕ ਮੁਹਿੰਮ ਸੀ ਜੇ ਮੈਂ ਕਹਾਂ,
ਕਿਵੇਂ ਸ਼ੁਰੂ ਕੀਤੀ ਇਹਦੇ ਮੁਤਲਕ ਥੋੜ੍ਹਾ ਦੱਸੋ ਸਾਨੂੰ। ਇਹਦੇ ਵਿੱਚ ਮੈਂ ਥੋੜ੍ਹਾ ਜਿਹਾ ਸ਼ੇਅਰ ਕਰਨਾ ਚਾਹਾਂਗਾ ਆਪਣੇ ਬਜ਼ੁਰਗਾਂ ਭੈਣਾਂ ਭਰਾਵਾਂ ਨਾਲ ਕਿ ਆਈ ਵਾਜ਼ ਜਦੋਂ ਮੇਰੇ ਬਾਬਾ ਜੀ ਸਿਰਫ ਮੈਂ 1.5 ਸਾਲ ਦਾ ਸੀ ਉਹ ਪੂਰੇ ਹੋ ਗਏ ਜੀ। ਮਾਈ ਮਦਰ ਮੈਂ ਸਿਰਫ 4 ਸਾਲ ਦਾ ਸੀ ਉਹ ਵੀ ਰੱਬ ਨੂੰ ਪਿਆਰੇ ਹੋ ਗਏ ਐਂਡ ਫਿਰ ਮੈਂ 6 ਸਾਲ ਦਾ ਸੀ ਮੇਰੇ ਫਾਦਰ ਵੀ ਹੀ ਡਾਇਡ। ਓਕੇ। ਆਈ ਵਾਜ਼ ਦੀ ਓਨਲੀ ਚਾਈਲਡ ਮੈਂ ਇੱਕੋ ਇਕੱਲਾ ਹੀ ਬੱਚਾ ਸੀ ਘਰ 'ਚ ਜੀ। ਚਾਚਾ ਤਾਇਆ ਵੀ ਮੇਰਾ ਹੈ ਨਹੀਂ ਸੀ। ਮੇਰੀ ਸਾਡੀ ਫੈਮਿਲੀ ਦਾਦਾ ਜੀ ਫਾਦਰ ਮਾਈ ਸੈਲਫ ਅੱਗੇ ਹੁਣ ਬੇਟਾ ਇੱਕ ਆ ਰਿਹਾ ਅਤੇ ਮੇਰੀ ਬਿਰਧ ਦਾਦੀ ਜੀ ਰਹਿ ਗਏ ਅਤੇ ਮੈਂ ਇੱਕ ਇਕਲੌਤਾ ਪੋਤਾ ਉਹਨਾਂ ਦਾ ਅਤੇ ਮੇਰੀ ਦਾਦੀ ਜੀ ਕੋਲੋਂ ਮੈਨੂੰ ਫਿਰ ਜਿਵੇਂ ਮੈਂ ਸੁਰਤ ਸੰਭਾਲੀ ਸਾਰੀਆਂ ਆਪਣੀ ਫੈਮਿਲੀ ਦੀ ਹਿਸਟਰੀ ਕਿਸ ਮਹਾਨ ਹਸਤੀ ਦੀ ਕਿੱਡੀ ਵੱਡੀ ਬਖਸ਼ਿਸ਼ ਹੈ ਸਾਡੇ ਘਰ 'ਚ ਰਾਈਟ ਔਰ ਜਿਸ ਦੀ ਵਜ੍ਹਾ ਨਾਲ ਸਾਨੂੰ ਇੱਜ਼ਤ ਔਰ ਪਿਆਰ ਹਮੇਸ਼ਾ ਮਿਲਿਆ ਰਾਈਟ ਇਹ ਮੇਰੇ ਦਾਦੀ ਜੀ ਤੋਂ ਮੈਨੂੰ ਪਤਾ ਲੱਗਿਆ ਅਤੇ ਮੇਰੇ ਮਨ ਦੇ ਵਿੱਚ ਇਹ ਖੁਆਇਸ਼ ਸੀ ਕਿ ਰੱਬ ਨੇ ਜਦੋਂ ਮੈਨੂੰ ਮੌਕਾ ਦਿੱਤਾ ਕਿ ਆਈ ਵਾਜ਼ ਪ੍ਰਾਊਡ ਆਫ ਦਾ ਸਟੈਪ ਟੇਕਨ ਬਾਏ ਰਾਏ ਕੱਲਾ ਜੀ ਕਿ ਐਡਾ ਵੱਡਾ ਇੱਕ ਰਿਸ਼ਤਾ ਮੁਹੱਬਤ ਹੈ ਰਾਈਟ ਇਹਨੂੰ ਆਈ ਵਿਲ ਜਦੋਂ ਮੈਨੂੰ ਰੱਬ ਨੇ ਮੌਕਾ ਦਿੱਤਾ ਆਈ ਵਿਲ ਸ਼ੇਅਰ ਇਟ ਵਿਦ ਵਰਲਡ ਵਿਦ ਸਪੈਸ਼ਲੀ ਵਿਦ ਦਾ ਖਾਲਸਾ ਪੰਥ ਠੀਕ ਉਹ ਫਿਰ 1994 ਦੇ ਵਿੱਚ ਵਰ ਦਾ ਫਸਟ ਇੰਸਟੈਂਸ ਜਦੋਂ ਇੰਗਲੈਂਡ ਦੇ ਵਿੱਚ ਗੰਗਾ ਸਾਗਰ ਦੇ ਦਰਸ਼ਨ ਫਸਟ ਟਾਈਮ ਹੋਏ ਹੈ 47 ਤੋਂ ਬਾਅਦ ਪੂਰੇ 47 ਸਾਲਾਂ ਬਾਅਦ ਓਕੇ ਅਤੇ ਦੈਟ ਵਾਜ਼ ਜਦੋਂ ਫਿਰ ਉਦੋਂ ਗੱਲ ਜਦੋਂ ਪਤਾ ਚੱਲੀ ਸੰਗਤ ਨੂੰ ਫਿਰ ਉਹ ਜੰਗਲ ਫਾਇਰ ਦੀ ਤਰ੍ਹਾਂ ਇਟ ਸਪਰੈਡ ਇਨ ਦਾ ਵਰਲਡ ਔਰ ਫਿਰ ਮੈਨੂੰ ਮੁਖਤਲਿਫ ਥਾਵਾਂ ਤੋਂ ਸੱਦੇ ਆਏ ਇਨਵੀਟੇਸ਼ਨਸ ਆਈ ਰਾਈਟ ਜਾਣ ਵਾਸਤੇ ਵੀ ਮੇਰੇ ਲਈ ਸਿਰਫ ਇੰਨੀ ਗੱਲ ਹੁੰਦੀ ਮੇਰੇ ਮਨ 'ਚ ਦਿਮਾਗ 'ਚ ਕਿ ਸ਼ਰਧਾ ਔਰ ਸਤਿਕਾਰ ਔਰ ਪਿਆਰ ਨਾਲ ਸੱਦਣ ਵਾਲੇ ਹੋਣ ਰਾਈਟ ਔਰ ਪਿਆਰ ਸਤਿਕਾਰ ਨਾਲ ਸੰਗਤ ਦੇ ਦਰਸ਼ਨ ਕਰਨ ਦਾ ਪ੍ਰਬੰਧ ਵੀ ਹੋਵੇ ਦੈਟ ਇਜ਼ ਦੀ ਓਨਲੀ ਕੰਡੀਸ਼ਨ ਆਈ ਹੈਵ ਇਨ ਮਾਈਂਡ ਆਲਵੇਜ਼ ਰਾਈਟ ਕਈ ਵਾਰੀ ਨਹੀਂ ਵੀ ਜਾ ਹੁੰਦਾ ਆਪਣੀ ਰੁਝੇ ਹੁੰਦੇ ਬਟ ਇਟ ਇਜ਼ ਬੀਨ ਆਈ ਮੀਨ ਫਿਨੋਮੀਨਲ ਜਿਹੜਾ ਮੈਨੂੰ ਮੁਹੱਬਤ ਮਿਲੀ ਹੈ ਜਿਹੜਾ ਮੈਨੂੰ ਸਤਿਕਾਰ ਮੈਂ ਖਾਲਸਾ ਪੰਥ ਰਹਿਣੀ ਹੈ ਕਿ ਮੈਂ ਇੰਨਾ ਮੈਂ ਇਮੈਜਨ ਨਹੀਂ ਐਕਚੁਅਲੀ ਆਈ ਕੋਂਟ ਹੈਵ ਇਮੈਜਿਨਡ ਜਿੰਨਾ ਮੈਨੂੰ ਮੁਹੱਬਤ ਮਿਲੀ ਹੈ ਲੇਕਿਨ ਉਹ ਮਿਲੀ ਮੇਰੇ 'ਚ ਕੋਈ ਉਹਦੀ ਖੂਬੀ ਨਹੀਂ ਜਿਹਦੀ ਵਜ੍ਹਾ ਨਾਲ ਮਿਲੀ ਹੋਵੇ ਉਹ ਮੇਰੇ ਬਜ਼ੁਰਗਾਂ ਦੇ ਉਸ ਨੇ ਇੱਕ ਕਦਮ ਦੀ ਵਜ੍ਹਾ ਨਾਲ ਗੁਰੂ ਸਾਹਿਬ ਦੀ ਸੇਵਾ ਗੁਰੂ ਸਾਹਿਬ ਦੀ ਬਖਸ਼ਿਸ਼ ਔਰ ਉਸ ਦੇ ਨਾਤੇ ਮੈਨੂੰ ਤੁਹਾਡੀ ਹਿਊਮਿਲਿਟੀ ਹੈ ਜੀ ਜਿਹੜਾ ਤੁਸੀਂ ਇਹ ਸਭ ਕੁਝ ਕਰ ਰਹੇ ਹੈਗੇ ਹੋ ਪਰ ਅਗੇਨ ਹਰ ਕਮਿਊਨਿਟੀ ਦੇ ਵਿੱਚ ਕੁਝ ਵੱਖਰੀ ਕਿਸਮ ਦੀ ਸੋਚ ਰੱਖਣ ਵਾਲੇ ਲੋਕ ਵੀ ਹੁੰਦੇ ਨੇ ਕਿ ਤੁਸੀਂ ਵੀ ਕਦੀ ਕੋਈ ਚੈਲੰਜ ਇਹੋ ਜਿਹਾ ਫੇਸ ਕੀਤਾ ਕਿ ਤੁਸੀਂ ਯੂ ਨੋ ਕੀ ਕਰ ਕੀ ਰਹੇ ਹੋ ਤੁਸੀਂ ਕੋਈ ਇਹੋ ਜਿਹਾ ਇੰਸਟੈਂਸ ਜਾਂ ਕੁਝ ਹੈ ਦੇਖੋ ਜੀ ਇਹਦੀ ਮੈਂ ਡਿਟੇਲ ਜ਼ਿਆਦਾ ਜਾਣਨਾ ਨਹੀਂ ਚਾਹਾਂਗਾ ਰਾਈਟ ਲੇਕਿਨ ਮੈਂ ਆਈ ਵਿਲ ਐਕਸੈਪਟ ਦ ਫੈਕਟ ਕਿ ਹਰ ਧਰਮ ਦੇ ਵਿੱਚ ਹਰ ਕਮਿਊਨਿਟੀ ਦੇ ਵਿੱਚ ਕੁਛ ਐਸੇ ਅਨਸਰ ਹੁੰਦੇ ਐਸੇ ਐਲੀਮੈਂਟਸ ਹੁੰਦੇ ਨੇ ਐਕਸਟ੍ਰੀਮਿਸਟ ਜਿਹੜੇ ਕਿ ਕੋਈ ਨਾ ਕੋਈ ਨੁਕਤਾਚੀਨੀ ਕਹਿ ਲਓ ਜਾਂ ਡਿਸਕਰੇਜਮੈਂਟ ਕਹਿ ਲਓ ਕਰਦੇ ਨੇ ਕਿ ਲੇਕਿਨ ਮੈਨੂੰ ਸ਼ੁਕਰ ਹੈ ਕਿ ਰੱਬ ਦਾ ਹੁਕਮ ਵੀ ਹੈ ਜਿਹੜਾ ਜ਼ੁਲਮ ਦੇ ਖਿਲਾਫ ਰਾਏ ਕੱਲਾ ਜੀ ਨੇ ਕਦਮ ਚੁੱਕਿਆ ਸੀ ਰਾਈਟ ਸੋ ਤੁਸੀਂ ਉਸ ਨੂੰ ਅੱਗੇ ਟ੍ਰੈਡੀਸ਼ਨ ਨੂੰ ਕੰਟੀਨਿਊ ਮੈਂ ਉਸ ਚੀਜ਼ ਤੇ ਮੈਨੂੰ ਮਾਣ ਹੈ ਬਹੁਤ ਔਰ ਤੇ ਰਾਈਜ਼ੁੱਲਾ ਸਾਹਿਬ ਇਹ ਵੀ ਗੱਲ ਆਉਂਦੀ ਥੋੜੀ ਜਿਹੀ ਗੱਲਬਾਤ ਚੱਲੀ ਸੀ ਅਥੈਂਟਿਸਿਟੀ ਦੀ ਵੀ ਗੱਲਬਾਤ ਹੋਈ ਕਿ ਜੀ ਇਹਦੀ ਅਥੈਂਟਿਸਿਟੀ ਨੂੰ ਕਿਵੇਂ ਅਸੀਂ ਵੈਰੀਫਾਈ ਕਰੀਏ ਨਾ ਆਲ ਦੈਟ ਉਹਦੇ ਬਾਰੇ ਵੀ ਚਰਚੇ ਹੋਏ ਪਰ ਉਸ ਤੋਂ ਬਾਅਦ ਤੁਸੀਂ ਇਹ ਸਾਰਾ ਕੁਝ ਹੋਇਆ ਸਿਆਸਤ ਵਿੱਚ ਵੀ ਤੁਸੀਂ ਗਏ ਉਹਦੇ ਮੁਤਲਕ ਥੋੜ੍ਹਾ ਜਿਹਾ ਸਾਨੂੰ ਦੱਸੋ ਕਿ ਤੁਹਾਡਾ ਇਹ ਸਫ਼ਰ ਜਿਹੜਾ ਹੈਗਾ ਤੁਸੀਂ ਕਿੰਨੇ ਸਾਲ ਸਿਆਸਤ ਵਿੱਚ ਰਹੇ ਹੋ ਅਤੇ ਉੱਥੇ ਵੀ ਰਹਿ ਕੇ ਤੁਹਾਡਾ ਇੱਕ ਵੱਖਰਾ ਹੀ ਤਰੀਕਾ ਸੀ ਸਿਆਸਤ ਦਾ ਸਿਆਸਤ ਵਿੱਚ ਮੈਂ ਪਰਸਨਲੀ ਇੰਨਾ ਕੀਨ ਨਹੀਂ ਸੀ ਜੀ ਮੇਰੇ ਹੋਰ ਇੱਕ ਸਾਡੀ ਫੈਮਿਲੀ ਦੀ ਬ੍ਰਾਂਚ ਸੀ ਤਲਵੰਡੀ ਰਾਏ 47 ਤੋਂ ਪਹਿਲੇ ਰਹਿੰਦੀ ਸੀ ਉੱਥੇ ਦੇ ਉਹ MLA ਵੀ ਹੋਏ ਸੀ ਰਾਏ ਮੁਹੰਮਦ ਇਕਬਾਲ ਮੇਰੀ ਵਾਈਫ ਦੇ ਫਾਦਰ ਸੀ ਓਕੇ ਉਹਨਾਂ ਦੀ ਫੈਮਿਲੀ ਨੇ ਇੱਧਰ ਆ ਕੇ ਵੀ ਕਾਫੀ ਪ੍ਰੈਕਟੀਕਲੀ ਪੋਲਿਟਿਕਸ ਦੇ ਹਿੱਸਾ ਲਿਆ ਅਤੇ ਵਿੱਚ ਇੱਕ ਟਾਈਮ ਐਸਾ ਆਇਆ ਜਿਸ ਵੇਲੇ ਮੈਨੂੰ ਕਿਹਾ ਗਿਆ ਮੈਂ ਆਈ ਵਾਜ਼ਨਟ ਵੈਰੀ ਕੀਨ ਬਟ ਰੱਬ ਦਾ ਸ਼ੁਕਰ ਹੈ ਕਿ 2002 ਦੇ ਵਿੱਚ ਮੈਂਬਰ ਪਾਰਲੀਮੈਂਟ ਇਲੈਕਟ ਹੋਇਆ ਰਾਈਟ ਅਤੇ ਉਸ ਤੋਂ ਪਹਿਲੇ 1999 'ਚ ਮੈਂ 300 ਸਾਲਾ ਵਿਸਾਖੀ 'ਤੇ ਅਨੰਦਪੁਰ ਸਾਹਿਬ ਗਿਆ ਸੀ ਜੀ ਗੰਗਾ ਸਾਗਰ ਲੈ ਕੇ ਨਹੀਂ ਗਿਆ ਇਕੱਲਾ ਹੀ ਗਿਆ ਸੀ ਮੈਨੂੰ ਇਨਵਾਈਟ ਕੀਤਾ ਸੀ ਉਸ ਵੇਲੇ ਵਾਜ਼ ਦਾ ਫਸਟ ਟਾਈਮ ਮੈਂ ਰਾਏਕੋਟ ਵੀ ਗਿਆ ਆਪਣੇ ਜੱਦੀ ਨਾਲ ਓਕੇ ਅਤੇ ਜਿਸ ਮੁਹੱਬਤ ਜਿਸ ਪਿਆਰ ਨਾਲ ਮੈਨੂੰ ਹਿੰਦੂ ਸਿੱਖ ਜੈਨ ਜਿੰਨੇ ਮੇਰੇ ਬਜ਼ੁਰਗ ਭੈਣ ਭਾਈ ਸੀ ਰਾਈਟ ਜਿੰਨੀ ਮੁਹੱਬਤ ਨਾਲ ਮਿਲੇ ਸੀ ਮੈਂ ਆਈ ਕੁਡ ਨੈਵਰ ਫੋਰਗੇਟ ਦੈਟ ਇਹ ਮੈਂ ਤਾਂ ਜ਼ਿਕਰ ਕੀਤਾ ਕਿ ਜਦੋਂ ਮੈਂ MP ਇਲੈਕਟ ਹੋਇਆ ਜੀ ਅਤੇ ਸ਼ਾਇਦ ਕੋਈ ਪਾਕਿਸਤਾਨ ਦਾ MP ਐਸਾ ਨਹੀਂ ਹੋਣਾ ਕਿ ਜਿਹਦੇ ਜਿੱਤਣ 'ਤੇ ਇੰਡੀਆ ਦੇ ਵਿੱਚ ਵੀ ਮਠਿਆਈ ਵੰਡੀ ਗਈ ਅਤੇ ਰਾਏਕੋਟ ਦੇ ਵਿੱਚ ਉਹਨਾਂ ਨੇ ਉੱਥੇ ਮਠਿਆਈ ਵੀ ਵੰਡੀ ਲੱਡੂ ਵੀ ਵੰਡੇ ਅਤੇ ਗੁਰਦੁਆਰਾ ਟਾਹਲੀਆਣਾ ਸਾਹਿਬ ਜਾ ਕੇ ਅਰਦਾਸ ਵੀ ਕੀਤੀ ਸੀ ਦੈਟ ਇਜ਼ ਅ ਗ੍ਰੇਟ ਆਨਰ ਵੰਡਰਫੁਲ ਜੀ ਬਿਕੋਜ਼ ਯੂ ਆਰ ਕਲੋਜ਼ ਟੂ ਦ ਸਿੱਖ ਕਮਿਊਨਿਟੀ ਜੋ ਤੁਹਾਡੀ ਕੰਟਰੀਬਿਊਸ਼ਨ ਪਰਿਵਾਰ ਦੀ ਰਹੀ ਹੈ ਹਰ ਕਮਿਊਨਿਟੀ ਦੇ ਵਿੱਚ ਅਸੀਂ ਇੱਕ ਚੈਲੰਜ ਫੇਸ ਕਰ ਰਹੇ ਹਾਂ ਭਾਵੇਂ ਉਹ ਮੁਸਲਮਾਨ ਹੋਣ ਸਿੱਖ ਹੋਣ ਹਿੰਦੂ ਹੋਣ ਕੋਈ ਵੀ ਹੋਣ ਕਿ ਸਾਡੀ ਯੰਗਰ ਜਨਰੇਸ਼ਨ ਜਿਹੜੀ ਹੈਗੀ ਉਹ ਧਰਮ ਦਾ ਜਿਹੜਾ ਮੁੱਢਲਾ ਸਿਧਾਂਤ ਜਿਹਨੂੰ ਅਸੀਂ ਕਹਿੰਦੇ ਉਹ ਤੋਂ ਸ਼ਾਇਦ
they are spiritual but they do not want to follow that organized religion da ek jada ek stamp jadi hundi hai ode bare tusi sikhan naal kyunki tusi dekhde ho observe karde ho padde ho what do you feel kithe kuch changes di lyan di lod hai tusi kuch dekh rahe ho jide ch ke sikhan nu kuch karna chahida hai ਦੇਖੇ ਜੀ ਮੈਂ ਸਿੱਖ ਰਿਲੀਜਨ ਦੇ ਬਾਰੇ 'ਚ ਮੈਂ ਖੁਦ ਕਮੈਂਟ ਕਰਨਾ ਤਾਂ ਮੁਨਾਸਿਬ ਨਹੀਂ ਮੈਂ ਆਲ ਆਈ ਕੈਨ ਸਜੈਸਟ ਇਜ਼ ਕਿ ਜਿੰਨੇ ਤੇਜ਼ੀ ਨਾਲ ਜ਼ਮਾਨਾ ਬਦਲ ਰਿਹਾ ਉਸ ਤਰ੍ਹਾਂ ਹੀ ਥੋੜ੍ਹਾ ਜਿਹਾ ਮੁਹੱਬਤ ਨਾਲ ਪਿਆਰ ਨਾਲ ਔਰ ਸੋਹਣੇ ਢੰਗ ਨਾਲ ਪ੍ਰਚਾਰ ਕੀਤਾ ਜਾਵੇ ਤਾਂ ਉਹਦਾ ਅਸਰ ਜ਼ਿਆਦਾ ਹੁੰਦਾ ਅਗਰ ਥੋੜ੍ਹਾ ਜਿਹਾ ਕੱਟੜਪੰਥੀ ਹੋਵੇ ਜਾਂ ਅੱਖੜਪਨ ਹੋਵੇ ਉਹਦਾ ਫਿਰ ਅੱਜ ਦਾ ਬੱਚਾ ਰਿਟੈਲੀਏਟ ਕਰਦਾ ਅਤੇ ਉਹ ਧਰਮ ਕੋਈ ਵੀ ਧਰਮ ਹੋਵੇ ਮੁਹੱਬਤ ਪਿਆਰ ਨਾਲ ਹੀ ਉਹਦਾ ਪ੍ਰਚਾਰ ਹੋ ਸਕਦਾ ਮੁਹੱਬਤ ਪਿਆਰ ਨਾਲ ਹੀ ਉਹਦੀ ਸੇਵਾ ਹੋ ਸਕਦੀ ਜਿੰਨਾ ਪਿਆਰ ਮੁਹੱਬਤ ਤੁਹਾਡੇ ਵਿੱਚ ਹੈਗਾ ਕਿ ਇਹ ਅੱਗੇ ਟ੍ਰੈਡੀਸ਼ਨ ਕੰਟੀਨਿਊ ਰਹੇਗੀ ਤੁਸੀਂ ਬੱਚੇ ਵਿੱਚ ਵੀ ਆਪਣੇ ਇਹ ਇਨਕਲਕੇਟ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਕੀ ਇੰਪੋਰਟੈਂਸ ਹੈ ਜੋ ਤੁਹਾਡੇ ਕੋਲ ਇਤਿਹਾਸ ਤੁਸੀਂ ਸੰਭਾਲਿਆ ਹੋਇਆ ਜੀ ਮੈਂ ਕਈ ਜਗ੍ਹਾ ਦੁਨੀਆ ਦੇ ਵਿੱਚ ਜਦੋਂ ਗਿਆ ਔਰ ਮੈਂ ਵੀ ਕੋਸ਼ਿਸ਼ ਹੁੰਦੀ ਹੈ ਕਿ ਮੈਂ ਉਹਨੂੰ ਲੈ ਕੇ ਜਾਵਾਂ ਠੀਕ ਨਾਲ ਤਾਂ ਕਿ ਬੱਚੇ ਖੁਦ ਦੇਖ ਕੇ ਜਿਹੜਾ ਐਕਸਪੀਰੀਅੰਸ ਕਰਦੇ ਹਨ ਉਹ ਸ਼ਾਇਦ ਦੱਸਣ ਨਾਲ ਉਹਨਾਂ ਅਸਰ ਨਹੀਂ ਹੁੰਦਾ ਜੀ ਅਤੇ ਕਿਉਂਕਿ ਆਪਸ ਦੇ ਵਿੱਚ ਦੂਰੀਆਂ ਵੀ ਬਹੁਤ ਰਹੀਆਂ ਰਾਈਟ ਔਰ ਜਦੋਂ ਹੁਣ ਮੈਨੂੰ ਮੇਰਾ ਫਸਟ ਇੰਟਰੈਕਸ਼ਨ ਸੀ ਖਾਲਸਾ ਕਮਿਊਨਿਟੀ 94 ਦੇ ਵਿੱਚ ਰਾਈਟ 93 'ਚ ਮੈਂ ਅਨਾਊਂਸ ਕੀਤਾ ਸੀ 94 'ਚ ਪਹਿਲਾ ਦਰਸ਼ਨ ਹੋਇਆ ਸੀ ਅਤੇ ਇਸੇ ਤਰ੍ਹਾਂ ਹੀ ਜਦੋਂ ਬੱਚੇ ਆਪ ਦੇਖਦੇ ਆ ਮੁਹੱਬਤ ਪਿਆਰ ਨਿੱਘ ਜਿਹੜੀ ਉਹ ਪਰਸਨਲ ਐਕਸਪੀਰੀਅੰਸ ਤੋਂ ਵੱਡਾ ਤਜਰਬਾ ਕੋਈ ਨਹੀਂ ਹੁੰਦਾ ਅਤੇ ਇਸ ਲਈ ਮੈਂ ਤਾਂ ਦੁਆ ਕਰਦਾ ਔਰ ਆਪਣੇ ਬਜ਼ੁਰਗਾਂ ਭੈਣਾਂ ਭਰਾਵਾਂ ਨੂੰ ਵੀ ਕਹਿੰਦਾ ਕਿ ਅੱਲਾ ਉਹਨੂੰ ਵੀ ਰੱਬ ਬਲ ਬਖਸ਼ੇ ਕਿ ਉਹ ਇਸੇ ਮੁਹੱਬਤ ਇਸੇ ਪਿਆਰ ਨਾਲ ਇਸੇ ਸਿਲਸਿਲੇ ਨੂੰ ਅੱਗੇ ਵਧਾਈਏ ਮੈਂ ਆਈ ਵਾਜ਼ ਹਾਰਡਲੀ 6 ਜਦੋਂ ਮੇਰੇ ਸਿਰ 'ਤੇ ਸਾਇਆ ਨਹੀਂ ਰਿਹਾ ਮਾਂ ਬਾਪ ਦਾ ਅਤੇ ਰੱਬ ਨੇ ਜਦੋਂ ਕੰਮ ਲੈਣਾ ਹੁੰਦਾ ਕਿਸੇ ਕੋਲੋਂ ਫਿਰ ਅਸਬਾਬ ਵੀ ਉਹੀ ਬਣਾਉਂਦਾ ਹੈ ਬਿਲਕੁਲ ਫਿਰ ਉਹੀ ਗ੍ਰੇਟ ਟੂਵਰਡਸ ਦ ਐਂਡ ਕੋਈ ਐਨੀਥਿੰਗ ਯੂ ਵੁੱਡ ਲਾਈਕ ਟੂ ਸੇ ਟੂਵਰਡਸ ਦ ਐਂਡ ਮੈਂ ਤਾਂ ਇਹੀ ਖੁਆਇਸ਼ ਵੀ ਕਰਾਂਗਾ ਜੀ ਦੁਆ ਵੀ ਕਰਾਂਗਾ ਔਰ ਸਾਰਿਆਂ ਨੂੰ ਭੈਣਾਂ ਭਰਾਵਾਂ ਨੂੰ ਕਹਾਂਗਾ ਕਿ ਸਾਡੇ ਇੰਡੀਆ ਪਾਕਿਸਤਾਨ ਦੇ ਵੀ ਹਾਲਾਤ ਰੱਬ ਕਰੇ ਅੱਛੇ ਹੋਣ ਬਿਲਕੁਲ ਔਰ ਅਗਰ ਅਸੀਂ ਕੋਈ ਮੁਹੱਬਤ ਪਿਆਰ ਦੀ ਚੀਜ਼ ਹੈ ਤਾਂ ਉਹਨੂੰ ਕੁਰਬਾਨੀ ਦੀ ਚੀਜ਼ ਹੈ ਉਹਨੂੰ ਅਸੀਂ ਜ਼ਿਆਦਾ ਤੋਂ ਜ਼ਿਆਦਾ ਉਹਦਾ ਜ਼ਿਕਰ ਕਰੀਏ ਰਾਈਟ ਮੁਹੱਬਤ ਦਾ ਸਾਨੂੰ ਇੱਕ ਦੂਸਰੇ 'ਤੇ ਉਹਦੀ ਮੈਂ ਕਹਿੰਦਾ ਖਾਲਸਾ ਪੰਥ ਨੇ ਬੜੀ ਕਦਰ ਕੀਤੀ ਹੈ ਜੀ ਕਿਉਂ ਮੈਂ ਅਗਰ ਇਹ ਰਿਲੀਜਨ ਤੋਂ ਇਲਾਵਾ ਅੱਛਾ ਇਨਸਾਨ ਹੈ ਨਾ ਭਾਵੇਂ ਕਿਸੇ ਧਰਮ ਦਾ ਬਿਲਕੁਲ ਹਰ ਇੱਕ ਨੇ ਇਸ ਗੱਲ ਨੂੰ ਰਾਇਕੱਲਾ ਜੀ ਦੇ ਸਟੈਪ ਨੂੰ ਐਪਰੀਸ਼ੀਏਟ ਕੀਤਾ ਰਾਈਟ ਅਤੇ ਅੱਛੀਆਂ ਗੱਲਾਂ ਨੂੰ ਅਸੀਂ ਉਹਨੂੰ ਅੱਗੇ ਵਧਾਈਏ ਔਰ ਜੇ ਕਿਸੇ ਵੇਲੇ ਗਿਲੇ ਸ਼ਿਕਵੇ ਵਾਲੀ ਗੱਲ ਹੁੰਦੀ ਵੀ ਹੈ ਤਾਂ ਉਹਨੂੰ ਬੈਠ ਕੇ ਸੁਲਝਾਉਣ ਦੀ ਕੋਸ਼ਿਸ਼ ਕਰੀਏ ਅਸੀਂ ਵੀ ਖੁੱਲ੍ਹੇ ਇੱਕ ਦੂਸਰੇ ਨਾਲ ਮਿਲਣ ਜੁਲਣ ਦਾ ਪ੍ਰਬੰਧ ਅੱਲਾ ਕਰੇ ਹੋ ਜਾਵੇ ਬਹੁਤ ਖੂਬ ਜੀ ਐਂਡ ਫਾਈਨਲੀ ਜੇਕਰ ਕਿਸੇ ਨੇ ਦਰਸ਼ਨ ਕਰਨੇ ਹੋਣ ਗੰਗਾ ਸਾਗਰ ਦੇ ਕੀ ਇੱਥੇ ਸਰੀ ਦੇ ਵਿੱਚ ਕਿਤੇ ਡਿਸਪਲੇ ਹੋਵੇਗਾ ਜੀ ਨਹੀਂ ਐਕਚੁਅਲੀ ਮੈਂ ਦੱਸਣਾ ਚਾਹਾਂਗਾ ਜੀ ਕਿ ਹੁਣ ਪਹਿਲੇ ਮੈਂ ਇੰਗਲੈਂਡ ਦੇ ਵਿੱਚ ਰੱਖਿਆ ਹੋਇਆ ਸੀ ਬੈਂਕ ਵਿੱਚ ਗੰਗਾ ਸਾਗਰ ਹੁਣ ਮੈਂ ਇੱਥੇ ਕੈਨੇਡਾ ਦੇ ਵਿੱਚ ਬੈਂਕ ਵਿੱਚ ਰੱਖਿਆ ਹੋਇਆ ਓਕੇ ਆਈ ਐਮ ਹੇਅਰ ਮੈਂ ਸਮਰਸ ਦੇ ਵਿੱਚ ਇੱਥੇ ਆ ਜਾਣਾ ਉਹਨਾਂ ਵੈਸੇ ਮੇਰੇ ਆਪਣੇ ਬੱਚਿਆਂ ਕੋਲ ਅਤੇ ਲੇਕਿਨ ਅਗਰ ਕੋਈ ਇਨਵੀਟੇਸ਼ਨ ਹੋਵੇ ਗੁਰੂ ਘਰ ਵੱਲੋਂ ਜਿਵੇਂ ਮੈਂ ਪਹਿਲੇ ਅਰਜ਼ ਕੀਤੀ ਮੁਹੱਬਤ ਪਿਆਰ ਸਤਿਕਾਰ ਨਾਲ ਓਨਲੀ ਕੋਈ ਅਰੇਂਜਮੈਂਟ ਪ੍ਰੋਪਰ ਹੋਣ ਓਨਲੀ ਦੈਨ ਆਈ ਟੇਕ ਇਟ ਆਊਟ ਫਰੋਮ ਦਾ ਬੈਂਕ ਜੀ ਚਲੋ ਜੀ ਇਟ ਵਾਸ ਅ ਪਲੇਜ਼ਰ ਟਾਕਿੰਗ ਟੂ ਯੂ ਜੀ ਧੰਨਵਾਦ ਸਿੱਖ ਕੌਮ ਤੁਹਾਡੀ ਰਹਿਣੀ ਹੈਗੀ ਕਿ ਤੁਸੀਂ ਉਸ ਮਹਾਨ ਜਿਹੜੀ ਸ਼ੋਅ ਹੈਗੀ ਹੈ ਉਸ ਨੂੰ ਤੁਸੀਂ ਬਰਕਰਾਰ ਰੱਖ ਕੇ ਅੱਗੇ ਸੰਗਤਾਂ ਨੂੰ ਵੀ ਨਾਲ ਜੋੜ ਰਹੇ ਹੋ ਅਤੇ ਸਿੱਖੀ ਦਾ ਅਤੇ ਮੁਸਲਮਾਨਾਂ ਵਿਚਕਾਰ ਜੋ ਪਿਆਰ ਮੁਹੱਬਤ ਦਾ ਮੈਸੇਜ ਉਸ ਸਮੇਂ 1705 ਵਿੱਚ ਗੁਰੂ ਸਾਹਿਬ ਦੇ ਆਉਣ ਨਾਲ ਸ਼ੁਰੂ ਹੋਇਆ ਸੀ ਇਸ ਨੂੰ ਤੁਸੀਂ ਕੰਟੀਨਿਊ ਰੱਖ ਰਹੇ ਹੋ ਧੰਨਵਾਦ ਐਂਡ ਬੈਸਟ ਵਿਸ਼ਸ ਥੈਂਕ ਯੂ ਵੈਰੀ ਮਚ ਥੈਂਕ ਯੂ